ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ ਅਤੇ ਬਹੁਤ ਹੀ ਖਾਸ ਮਹਿਮਾਨ ਅੱਜ ਮੇਰੇ ਨਾਲ ਫਿਰ ਸਟੂਡੀਓ 'ਚ ਮੌਜੂਦ ਨੇ, ਅਮਰਜੀਤ ਸਿੰਘ ਕੰਵਰ ਸਾਹਿਬ, ਪੰਜਾਬ ਦੇ ਮੰਨੇ ਪ੍ਰਮੰਨੇ ਵੀਜ਼ਾ ਕੰਸਲਟੈਂਟ ਨੇ ਔਰ ਮਾਨਤਾ ਪ੍ਰਾਪਤ ਨੇ ਪੰਜਾਬ ਸਰਕਾਰ ਤੋਂ। ਚਲੰਤ ਮਸਲਿਆਂ 'ਤੇ ਇਹਨਾਂ ਦੇ ਨਾਲ ਅਸੀਂ ਗੱਲ ਵੀ ਕਰਦੇ ਹਾਂ ਔਰ ਅੱਜ ਮੈਂ ਗੱਲ ਕਰਨਾ ਚਾਹੂੰਗਾ ਸਿੰਗਾਪੁਰ ਦੀ। ਸਿੰਗਾਪੁਰ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਉੱਥੇ ਵਿਦਾਊਟ ਵੀਜ਼ਾ ਵੀ ਚਲੇ ਜਾਂਦੇ ਨੇ ਸਟੂਡੈਂਟਸ, ਉੱਥੇ ਖਰਚਾ ਵੀ ਬਹੁਤ ਘੱਟ ਹੈ, ਪਰ ਉੱਥੋਂ ਦੀ ਐਜੂਕੇਸ਼ਨ ਦੀ ਕੀ ਇੰਪੋਰਟੈਂਸ ਹੈ, ਕਿਹੋ ਜਿਹੇ ਕੋਰਸਿਸ ਨੇ, ਪਾਥਵੇ ਦੀ ਵੀ ਗੱਲ ਹੁੰਦੀ ਹੈ ਕਿ ਜਿਹੜੇ ਸਿੱਧੇ ਕੈਨੇਡਾ ਜਾਂ ਹੋਰ ਮੁਲਕ 'ਚ ਨਹੀਂ ਜਾ ਸਕਦੇ, ਜੇ ਉਹ ਚੰਗੀ ਯੂਨੀਵਰਸਿਟੀ 'ਚ ਸਿੰਗਾਪੁਰ ਚਲੇ ਜਾਣ ਜਾਂ ਕਾਲਜ 'ਚ, ਤਾਂ ਉਹਨਾਂ ਦੇ ਮੌਕੇ ਬਣ ਜਾਂਦੇ ਨੇ। ਇਹਦੇ ਪਿੱਛੇ ਅਸਲ ਸੱਚ ਕੀ ਹੈ, ਇਹਨਾਂ ਸਾਰੇ ਪੁਆਇੰਟਸ 'ਤੇ ਗੱਲ ਕਰਾਂਗੇ। ਕੰਵਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਿੰਗਾਪੁਰ ਨੂੰ ਮੈਂ ਚਾਹੂੰਗਾ ਕਿ ਅੱਜ ਪੂਰਾ ਤੁਸੀਂ ਖੋਲ੍ਹ ਕੇ ਦੱਸ ਦਿਉ ਵੀ ਸਿੰਗਾਪੁਰ ਹੈ ਕੀ। ਪਹਿਲਾਂ ਤਾਂ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸੋ ਸਿੰਗਾਪੁਰ, ਸਿੰਗਾਪੁਰ ਬੇਸਿਕਲੀ ਉਹਨੂੰ ਬਹੁਤ ਜ਼ਿਆਦਾ ਆਈ ਥਿੰਕ ਕਿ ਏਜੰਟਸ ਨੇ ਬਹੁਤ ਜ਼ਿਆਦਾ ਓਵਰ ਰੇਟਿਡ ਕਰਤਾ ਔਰ ਜਾਂ ਸਟੂਡੈਂਟਸ ਨੇ ਉਹਨੂੰ ਬਹੁਤ ਜ਼ਿਆਦਾ ਅੰਡਰ ਰੇਟ ਕਰਤਾ। ਸੋ ਥੋੜ੍ਹਾ ਜਿਹਾ ਸਮਝਣ ਦੀ ਲੋੜ ਹੈ, ਹਰ ਬੱਚੇ ਲਈ ਸਿੰਗਾਪੁਰ ਨਹੀਂ ਗਾ, ਜਿੱਦਾਂ ਹਰ ਬੱਚੇ ਲਈ ਕੈਨੇਡਾ ਨਹੀਂ ਗਾ, ਹਰ ਬੱਚੇ ਲਈ ਆਸਟ੍ਰੇਲੀਆ ਨਹੀਂ ਗਾ। ਸੋ ਸੇਮ ਥਿੰਗ, ਦ ਥਿੰਗਸ ਗੋ ਅਕੋਰਡਿੰਗ ਟੂ ਪ੍ਰੋਫਾਈਲ, ਤੁਹਾਡਾ ਪ੍ਰੋਫਾਈਲ ਕੀ ਹੈ। ਸੋ ਸਿੰਗਾਪੁਰ ਕਿਹਨੂੰ ਜਾਣ ਦੀ ਲੋੜ ਹੈ, ਕਿਹੜਾ ਬੱਚਾ ਉੱਥੇ ਜਾਣ ਦੀ ਸੋਚ ਸਕਦਾ। ਸੋ ਮੈਂ ਗੱਲ ਕਰਾਂਗਾ ਬੇਸਿਕਲੀ ਦੋ ਤਰ੍ਹਾਂ ਦੇ ਬੱਚੇ ਲਈ। ਇੱਕ ਉਹ ਜਿਹੜਾ ਕਿਤੇ ਨਾ ਕਿਤੇ 5.5 ਦੇ ਸਕੋਰ 'ਚ ਅਟਕ ਗਿਆ, ਉਹ 6 ਨਹੀਂ ਬਣਾ ਪਾ ਰਿਹਾ, ਬੜੀ ਕੋਸ਼ਿਸ਼ ਕਰ ਰਿਹਾ, 6 ਸੀਟ 6.5 ਨਹੀਂ ਜਾ ਪਾ ਰਿਹਾ, ਉਹ ਬੱਚਾ ਅਗਰ ਸਿੰਗਾਪੁਰ ਜਾਂਦਾ ਤਾਂ ਦੇਰ ਇਜ਼ ਵਨ ਬੈਨੀਫਿਟ ਕਿ ਉਹ ਇੰਗਲਿਸ਼ ਸਪੋਕਨ ਕੰਟਰੀ, ਇੱਕ ਸਾਲ ਦੀ ਉਹ ਐਜੂਕੇਸ਼ਨ ਲਏਗਾ, ਅਗਰ ਉਹਦਾ ਆਲਰੇਡੀ ਗੈਪ ਵੀ ਹੈ ਤਾਂ ਉਹਦੇ ਲਈ ਵੀ ਬੈਨੀਫਿਸ਼ੀਅਲ ਹੈ। ਉਹ ਜਿਹੜਾ ਗੈਪ ਹੈ ਇੱਕ ਤਾਂ ਉਹ ਵੀ ਫਿਲ ਹੁੰਦਾ, ਸੈਕਿੰਡਲੀ ਤੁਸੀਂ ਇੰਗਲਿਸ਼ ਕੰਟਰੀ 'ਚ ਰਹਿੰਦੇ ਹੋ ਤਾਂ ਦੇਰ ਇਜ਼ ਵੈਰੀ ਹਾਈ ਚਾਂਸਿਸ ਕਿ ਤੁਸੀਂ ਆਪਣਾ ਕਮਿਊਨੀਕੇਸ਼ਨ ਦਾ ਲੈਵਲ ਕੁਆਇਟ ਇੰਪਰੂਵ ਕਰ ਜਾਓਗੇ ਉੱਥੇ ਰਹਿ ਕੇ। ਵਨ ਥਿੰਗ, ਜਿੰਨਾ ਤੁਸੀਂ ਪੈਸਾ ਲਗਾਓਗੇ ਇੱਕ ਸਾਲ ਦੀ ਸਟੱਡੀ 'ਤੇ, ਆਲਮੋਸਟ ਓਨਾ ਹੀ ਤੁਸੀਂ ਰਿਟਰਨ ਅਰਨ ਕਰ ਲਓਗੇ ਸਿੰਗਾਪੁਰ ਦੇ ਵਿੱਚ। ਪੋਸੀਬਿਲਿਟੀ ਹੈ, ਬਹੁਤ ਜ਼ਿਆਦਾ ਐਕਸਪੈਂਸਿਵ ਜਗ੍ਹਾ ਨਹੀਂ ਗੀ ਸਿੰਗਾਪੁਰ, ਔਰ ਇਨਕਮ ਵੀ ਠੀਕ ਠਾਕ ਦਿੰਦੀ ਹੈ, ਮੈਂ ਵੀ ਨਹੀਂ ਕਹਿੰਦਾ ਕੈਨੇਡਾ ਜਿੰਨੀ, ਬਟ ਹਾਂ ਐਜ਼ ਏ ਸਟੂਡੈਂਟ ਤੁਸੀਂ ਜਾਂਦੇ ਹੋ, ਜਿੰਨੇ ਤੁਸੀਂ ਲਾਏ ਆ ਉਨੇ ਤੁਸੀਂ ਘੱਟੋ ਘੱਟ ਇੱਕ ਸਾਲ 'ਚ ਕਮਾ ਲੈਂਦੇ ਹੋ, ਔਰ ਥੋੜ੍ਹੇ ਬਹੁਤ ਵੱਧ ਵੀ, ਉਹ ਡਿਪੈਂਡ ਤੁਸੀਂ ਕਿੰਨੀ ਮਿਹਨਤ ਕੀਤੀ ਜਾਂ ਕਿੰਨਾ ਆਪਣੀ ਹਾਰਡਵਰਕ ਉੱਥੇ ਕੀਤਾ। ਸੋ ਬੇਸਿਕਲੀ ਸਿੰਗਾਪੁਰ ਉਸ ਸਟੂਡੈਂਟ ਲਈ ਹੈ ਜਿਹੜਾ ਕਿਤੇ ਨਾ ਕਿਤੇ ਅੱਜ ਦੀ ਡੇਟ 'ਚ 5.5 ਦੇ ਸਿਨਾਰੀਓ 'ਚ ਫਸ ਗਿਆ, ਕੈਨੇਡਾ ਆਸਟ੍ਰੇਲੀਆ ਡਾਇਰੈਕਟਲੀ ਉਹ ਨਹੀਂ ਜਾ ਪਾ ਰਿਹਾ, ਰੈਦਰ ਦੈਨ ਉਹ ਰਿਫਿਊਜ਼ ਨਾ ਲਵੇ ਤਾਂ ਆਈ ਥਿੰਕ ਕਿ ਕਿਉਂਕਿ ਇੰਗਲਿਸ਼ ਲਈ ਮੈਂ ਕਿਉਂ ਉੱਥੇ ਭੇਜ ਰਿਹਾ ਇੰਪਰੂਵ ਕਰਨ ਲਈ, ਕਿਉਂਕਿ ਇਹ ਭਾਸ਼ਾ ਆ, ਇਹ ਕੋਈ ਸਾਇੰਸ ਦਾ ਪੇਪਰ ਨਹੀਂ ਗਾ, ਕੋਈ ਮੈਥੇਮੈਟਿਕਸ ਦਾ ਪੇਪਰ ਨਹੀਂ ਗਾ ਕਿ ਜਿਹਨੂੰ ਆਪਾਂ ਇੱਕ ਵਾਰੀ ਨਹੀਂ ਦੂਜੀ ਵਾਰੀ ਰੱਟ ਲਾਂਗੇ ਤੀਜੀ ਵਾਰੀ ਰੱਟ ਲਾਂਗੇ, ਇਹਦੇ 'ਚ ਬੇਸਿਕਲੀ ਇੰਪਰੂਵਮੈਂਟ ਦੀ ਲੋੜ ਹੈ। ਇੰਗਲਿਸ਼ ਤੁਹਾਡੇ ਅੰਦਰ ਆਉਣੀ ਚਾਹੀਦੀ ਹੈ, ਪਹਿਲਾਂ ਇੱਕ ਡਿਕਸ਼ਨਰੀ ਅੰਦਰ ਡਿਵੈਲਪ ਹੋਣੀ ਜ਼ਰੂਰੀ ਹੈ। ਸੋ ਕਿਤੇ ਨਾ ਕਿਤੇ ਜਦੋਂ ਤੁਸੀਂ ਉਹ ਫੇਲ ਹੋ ਜਾਂਦੇ ਹੋ ਇਹਨੂੰ ਆਲ ਸੈਂਟਰਾਂ ਦੇ ਵਿੱਚ ਇੰਪਰੂਵ ਕਰਨ ਤੋਂ ਜਾਂ 3-4 ਵਾਰੀ ਅਟੈਂਪਟ ਕਰਕੇ ਇੰਪਰੂਵ ਕਰੋ, ਫਿਰ ਤੁਹਾਨੂੰ ਲੋੜ ਹੁੰਦੀ ਹੈ ਤੁਹਾਡਾ ਇੱਕ ਇਨਵਾਇਰਮੈਂਟ ਬਿਲਡ ਕਰਨ ਦੀ। ਜਦੋਂ ਤੁਸੀਂ ਆਪਣੇ ਆਸ ਪਾਸ ਇੱਕ ਇਨਵਾਇਰਮੈਂਟ ਬਿਲਡ ਕਰ ਲਓਗੇ ਜਿੱਥੇ ਤੁਹਾਡਾ ਮੋਡ ਆਫ ਕਮਿਊਨੀਕੇਸ਼ਨ ਹੀ ਇੰਗਲਿਸ਼ ਰਹਿ ਜੂਗਾ, ਜਿੱਥੇ ਅੰਗਰੇਜ਼ੀ ਹੀ ਤੁਸੀਂ ਜ਼ਿਆਦਾ ਵਰਤੋਗੇ, ਦੇਰ ਇਜ਼ ਹਾਈ ਚਾਂਸਿਸ ਕਿ ਆਫਟਰ 6 ਮੰਥ 1 ਈਅਰ ਆਪਣਾ ਇੰਗਲਿਸ਼ ਦਾ ਜਿਹੜਾ ਲੈਵਲ ਹੈ ਉਹ ਕਾਫੀ ਹਾਈ ਹੋ ਜਾਂਦਾ। ਇਹਦਾ ਸਿੰਪਲ ਜਿਹਾ ਭਾਸ਼ਾ 'ਚ ਇਗਜ਼ਾਮਪਲ ਤੁਸੀਂ ਇੱਦਾਂ ਦੇਖ ਸਕਦੇ, ਆਪਣੇ ਬਹੁਤ ਸਾਰੇ ਅਨਪੜ੍ਹ ਬੰਦੇ ਪਿੰਡ ਦੇ ਹੈਗੇ ਆ ਜਿਹੜੇ ਆਪਣੇ ਯੂਰਪ ਦੀਆਂ ਕਈ ਕੰਟਰੀਆਂ 'ਚ ਚਲੇ ਜਾਂਦੇ, ਉਹਨਾਂ ਨੂੰ ਸਪੈਨਿਸ਼ ਵੀ ਆਉਂਦੀ ਹੈ, ਇਟਾਲੀਅਨ ਵੀ ਆਉਂਦੀ ਹੈ, ਜਿਹੜੇ ਜਰਮਨ ਰਹਿੰਦੇ ਉਹਨਾਂ ਡੱਚ ਵੀ ਸਿੱਖ ਲੈਂਦੇ, ਉਹ ਕਿੱਦਾਂ ਸਿੱਖ ਲੈਂਦੇ ਨੇ, ਉਹਨਾਂ ਨੇ ਤਾਂ ਪੜ੍ਹੀ ਨਹੀਂ, ਉਹਨਾਂ ਨੇ ਤਾਂ ਕੋਈ ਸੈਂਟਰਾਂ 'ਚ ਨਹੀਂ ਪੜ੍ਹੀ ਹੁੰਦੀ, ਇਟਸ ਆਲ ਵਿਦ ਦ ਪ੍ਰੈਕਟਿਸ। ਸੋ ਸੇਮ ਥਿੰਗ, ਉੱਥੇ ਜਾ ਕੇ ਤੁਹਾਡੀ ਪ੍ਰੈਕਟਿਸ ਮਜਬੂਰੀ ਹੋ ਜਾਂਦੀ ਹੈ, ਬਿਕੋਜ਼ ਉੱਥੇ ਕਮਿਊਨੀਕੇਸ਼ਨ ਹੀ ਉਸ ਲੈਂਗੁਏਜ 'ਚ ਹੁੰਦਾ ਹੈ ਮੋਸਟਲੀ। ਸੋ ਦੈਟ ਇਜ਼ ਅ ਵਨ ਥਿੰਗ ਦੈਟ ਹੈਲਪ ਯੂ ਕਿ ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਹੋ, ਠੀਕ ਹੈ ਜੀ। ਹੁਣ ਜਦੋਂ ਸਿੰਗਾਪੁਰ ਤੁਸੀਂ ਜਾਂਦੇ ਹਾਂ ਤਾਂ ਉੱਥੇ 2 ਤਰੀਕੇ ਦੀ ਪੜ੍ਹਾਈ ਹੈ, ਇੱਕ ਉਹ ਆ ਜਿਹਨੂੰ ਆਪਾਂ 6+6 ਦੇ ਪ੍ਰੋਗਰਾਮ ਕਹਿੰਦੇ ਹਾਂ, 6 ਮਹੀਨੇ ਤੁਸੀਂ ਪੜ੍ਹਦੇ ਹੋ, 6 ਮਹੀਨੇ ਇੰਟਰਨਸ਼ਿਪ ਕਰਦੇ ਹੋ, ਇੰਟਰਨਸ਼ਿਪ 'ਚ ਬਹੁਤ ਅੱਛੀ ਇਨਕਮ ਕਰਨ ਨੂੰ ਮਿਲ ਜਾਂਦੀ ਹੈ, ਡਿਊਰਿੰਗ ਥਿਊਰੀ ਕਲਾਸਿਸ ਤੁਹਾਨੂੰ ਅਲਾਊਡ ਨਹੀਂ ਹੁੰਦਾ, ਪਰ ਫਿਰ ਵੀ ਬਹੁਤ ਸਾਰੇ ਬੱਚੇ ਉੱਥੇ ਕੰਮ ਕਰਦੇ ਰਹਿੰਦੇ। ਇਹਦੇ ਵਿੱਚ ਇੱਕ ਪ੍ਰੋਗਰਾਮ ਆਇਆ, ਸੈਕਿੰਡ ਪ੍ਰੋਗਰਾਮ ਆ ਆਇਆ ਕਿ ਤੁਸੀਂ ਪਾਥਵੇ ਪ੍ਰੋਗਰਾਮਸ ਨੂੰ ਆਪਟ ਕਰਦੇ ਹਾਂ, ਲਾਈਕ ਉੱਥੇ ਕਰਟਨ ਯੂਨੀਵਰਸਿਟੀ ਦਾ ਕੈਂਪਸ ਹੈ, JCU ਦਾ ਕੈਂਪਸ ਹੈ, ਹੋਰ ਵੀ ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੇ ਆਸਟ੍ਰੇਲੀਅਨ, UK ਜਿਨ੍ਹਾਂ ਦੇ ਉੱਥੇ ਕੈਂਪਸਿਸ ਹੈਗੇ ਆ। ਸੋ ਅਗਰ ਤੁਸੀਂ ਉਹਨਾਂ ਕੈਂਪਸਿਸ 'ਚ ਪੜ੍ਹਨ ਜਾਂਦੇ ਹਾਂ ਤਾਂ ਉੱਥੇ ਤੁਸੀਂ 1 ਜਾਂ 2 ਸਾਲ ਜਦੋਂ ਉੱਥੇ ਸਟੱਡੀ ਕਰ ਲੈਂਦੇ ਹਾਂ, ਦੇਰ ਇਜ਼ ਹਾਈ ਚਾਂਸਿਸ ਕਿ ਤੁਸੀਂ ਉੱਥੋਂ ਟ੍ਰਾਂਸਫਰ ਲੈ ਸਕਦੇ ਹਾਂ ਆਸਟ੍ਰੇਲੀਆ, UK ਜਾਂ ਕੈਨੇਡੀਅਨ ਇੰਸਟੀਟਿਊਟ ਦੇ ਵਿੱਚ, ਸੇਮ ਇੰਸਟੀਟਿਊਟ ਦੇ ਵਿੱਚ ਉੱਥੇ, ਬਟ ਕੰਡੀਸ਼ਨ ਤੁਹਾਡੇ 'ਤੇ ਫਿਰ ਉਹੀ ਅਪਲਾਈ ਹੋਣੀ ਹੈ ਆਈਲੈਟਸ ਵਾਲੀ, ਜਿਹੜੀ ਮੇਨ ਚੀਜ਼ ਹੈ। ਫੰਡ ਆਈ ਅੰਡਰਸਟੈਂਡ ਕਿ ਆਪਣੇ ਪੰਜਾਬ ਦੇ ਬੱਚੇ ਅਰੇਂਜ ਕਰ ਜਾਂਦੇ ਆ ਲੋੜ ਪੈਣ 'ਤੇ, ਬਟ ਸਟਿਲ ਜਿਹੜੀ ਆਲਸ ਔਰ ਐਜੂਕੇਸ਼ਨ ਵਾਈਜ਼ ਰਿਕੁਆਇਰਮੈਂਟ ਆ ਉਹ ਉੱਥੇ ਰਹੂਗੀ। ਸੋ ਮੰਨ ਲਓ ਕਿ ਤੁਹਾਡੀ ਪਰਸੈਂਟੇਜ ਘੱਟ ਹੈ, ਮੰਨ ਲਓ ਤੁਸੀਂ ਆਲਸ ਘੱਟ ਹੈ, ਸੋ ਜਦੋਂ ਤੁਸੀਂ 2 ਸਾਲ ਦੀ ਸਟੱਡੀ ਜਾਂ 1 ਸਾਲ ਦੀ ਸਟੱਡੀ ਉਹ JCU ਦੇ ਵਿੱਚ ਕਰੋਗੇ, ਤੁਸੀਂ ਉਹਦੇ ਜਿਹੜਾ ਫਸਟ ਈਅਰ ਸੈਕਿੰਡ ਈਅਰ ਉੱਥੇ ਆਪਣੀ ਗ੍ਰੈਜੂਏਸ਼ਨ ਦਾ ਕੀਤਾ, ਉਹਨੂੰ ਇੱਕ ਅੱਛੇ ਸਕੋਰ ਨਾਲ ਅਚੀਵ ਕੀਤਾ,
ਤਾਂ ਦੇਰ ਇਜ਼ ਹਾਈ ਚਾਂਸਿਸ, ਹਾਈ ਪ੍ਰੋਬੈਬਿਲਿਟੀ ਕਿ ਤੁਸੀਂ ਉੱਥੇ 6 ਈਚ ਵੀ ਲੈ ਸਕੋਗੇ। ਉਸ ਤੋਂ ਬਾਅਦ ਅਗਰ ਤੁਸੀਂ ਆਸਟ੍ਰੇਲੀਆ ਦੀ ਉੱਥੋਂ ਐਪਲੀਕੇਸ਼ਨ ਪ੍ਰੋਸੈਸ ਕਰਦੇ ਹੋ ਤਾਂ ਦੇਰ ਇਜ਼ ਹਾਇਰ ਚਾਂਸਿਸ ਟੂ ਗੈਟ ਅ ਵੀਜ਼ਾ। ਸੋ ਪਾਥਵੇ ਸਕਸੈਸਫੁਲ ਹੈਗਾ, ਬਟ ਇੱਥੇ ਮਿਹਨਤ ਬੱਚੇ ਨੂੰ ਵੀ ਕਰਨੀ ਪਊਗੀ। ਏਜੰਟ ਨੇ ਨਹੀਂ ਕਰਨੀ, ਮੈਂ ਨਹੀਂ ਕਰਨੀ, ਮੈਂ ਸਿਰਫ ਤੁਹਾਨੂੰ ਭੇਜਣਾ ਐਜ਼ ਏ ਕੰਸਲਟੈਂਟ। ਮੈਂ ਤੁਹਾਨੂੰ ਦੋ ਮਕਸਦ ਨਾਲ ਭੇਜ ਸਕਦਾ, ਇੱਕ ਤੁਸੀਂ ਉੱਥੋਂ ਪੜ੍ਹ ਕੇ ਉੱਥੋਂ ਹੀ ਅੱਗੇ ਜਾਣਾ ਚਾਹੁੰਦੇ ਹੋ, ਐਂਡ ਵਨ ਇਜ਼ ਦੈਟ ਯੂ ਇੰਪਰੂਵ ਫਰੋਮ ਦੇਅਰ, ਦੈਨ ਯੂ ਕਮ ਬੈਕ ਟੂ ਇੰਡੀਆ ਐਂਡ ਦੈਨ ਯੂ ਗੋ ਅਬਰੋਡ। ਸੋ ਬੋਥ ਪੋਸੀਬਿਲਿਟੀਜ਼ ਐਗਜ਼ਿਸਟ, ਡਿਪੈਂਡ ਆ ਤੁਸੀਂ ਕਿਸ ਫੋਕਸ 'ਚ ਜਾਣਾ ਚਾਹੁੰਦੇ ਆ, ਕੀ ਤੁਹਾਡਾ ਪ੍ਰੈਜੈਂਟ ਪ੍ਰੋਫਾਈਲ ਆ, ਕਿੰਨਾ ਕੁ ਗੈਪ ਉਹਦੇ 'ਚ ਆ ਚੁੱਕਾ, ਕਿੰਨਾ ਕੁ ਗੈਪ ਨੂੰ ਕਵਰ ਅਪ ਕਰਨ ਦੀ ਲੋੜ ਆ। ਸਿੰਗਾਪੁਰ 5-7 ਸਾਲ ਤੱਕ ਦੇ ਗੈਪ ਤੱਕ ਵੀ ਸਕਸੈਸਫੁਲੀ ਵੀਜ਼ਾ ਦੇ ਦਿੰਦਾ ਅਗਰ ਜਸਟੀਫਾਈਂਗ ਤਰੀਕੇ ਨਾਲ ਚੱਲਦੇ ਹਾਂ ਜੀ। ਯੂਨੀਵਰਸਿਟੀਜ਼ 'ਚ ਆਪਾਂ ਜਾਂਦੇ ਹਾਂ ਜਿੱਥੋਂ ਆਪਾਂ ਪਾਥਵੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਡੈਫੀਨੇਟਲੀ ਉੱਥੇ ਐਜੂਕੇਸ਼ਨ ਜਿਹੜੀ ਹੈ ਉਹ ਅੱਛੇ ਤਰੀਕੇ ਨਾਲ ਕਰਨੀ ਪਊਗੀ, ਉਹ ਕੰਪਰੋਮਾਈਜ਼ਿੰਗ ਨਹੀਂ ਹੋ ਸਕਦੀ। ਉਹ ਤੁਸੀਂ ਕੋਈ ਈਜ਼ੀ ਐਜੂਕੇਸ਼ਨ ਵੀ ਨਹੀਂ ਆਪਾਂ ਕਹਿ ਸਕਦੇ, ਪ੍ਰੋਪਰ ਐਜੂਕੇਸ਼ਨ ਜਿੱਦਾਂ ਤੁਸੀਂ ਆਸਟ੍ਰੇਲੀਆ ਜਾ ਕੇ ਕਰਨੀ ਸੀ, ਕੈਨੇਡਾ ਜਾ ਕੇ ਕਰਨੀ ਸੀ, ਉਸੇ ਤਰੀਕੇ ਨਾਲ ਉੱਥੇ ਕਰਨੀ ਪਏਗੀ। ਸੋ ਇੱਕ ਅੱਛੀ ਐਜੂਕੇਸ਼ਨ ਲੈਣੀ ਪਏਗੀ। ਅਗਰ ਆਪਾਂ ਈਜ਼ੀ ਵੇ ਨਾਲ ਚਾਹੁੰਦੇ ਹਾਂ ਕਿ ਆਪਣਾ ਇੰਗਲਿਸ਼ ਵਗੈਰਾ ਦਾ ਲੈਵਲ ਇੰਪਰੂਵ ਹੋ ਜਾਏ, ਆਪਾਂ ਇੰਡੀਆ ਆ ਕੇ ਦੁਬਾਰਾ ਕਰ ਲਈਏ ਜਾਂ ਆਪਾਂ ਉੱਥੇ ਕੋਈ ਐਸ ਪਾਸ ਵਰਗਾ ਸਿਸਟਮ ਬਣਾ ਲਈਏ, ਤਾਂ ਫਿਰ ਤੁਹਾਡੇ ਕੋਲ ਇਹ 6+6 ਵਰਗੇ ਪ੍ਰੋਗਰਾਮ ਆ ਜਾਂਦੇ ਆ, ਡਿਪਲੋਮਾ ਕੋਰਸਿਸ ਆ ਜਾਂਦੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੇ ਕੋਰਸ ਈਜ਼ੀਲੀ ਕੰਪਲੀਟ ਕਰ ਸਕਦੇ ਆ। ਮੋਸਟਲੀ ਹੋਸਪਿਟੈਲਿਟੀ ਮੈਨੇਜਮੈਂਟ ਸੈਕਟਰ ਹੁੰਦਾ ਜਾਂ ਰਿਟੇਲ ਮੈਨੇਜਮੈਂਟ ਸੈਕਟਰ ਹੁੰਦਾ, ਇਹਨਾਂ ਦੇ ਵਿੱਚ ਬਿਜ਼ਨਸ ਮੈਨੇਜਮੈਂਟ ਦੇ ਕੋਰਸਿਸ ਹੁੰਦੇ ਆ, ਆਈਟੀ ਦੇ ਵੀ ਕੁਛ ਹੁੰਦੇ ਆ। ਸੋ ਤੁਸੀਂ ਉਹਨਾਂ 'ਚ ਕਰ ਸਕਦੇ ਬਟ ਆਈਟੀ ਬਿਜ਼ਨਸ ਵਾਲਿਆਂ 'ਚ ਇੰਟਰਨਸ਼ਿਪਸ ਨਹੀਂ ਮਿਲਦੀਆਂ, ਹੋਸਪਿਟੈਲਿਟੀ 'ਚ ਤੁਹਾਨੂੰ ਇੰਟਰਨਸ਼ਿਪਸ ਪ੍ਰੋਗਰਾਮ ਮਿਲ ਜਾਂਦੇ ਆ। ਸੋ ਦੈਟ ਜਿੱਦਾਂ ਮੈਂ ਕਿਹਾ ਕਿ ਜੋ ਤੁਸੀਂ ਉੱਥੇ ਲਾਇਆ ਘੱਟੋ ਘੱਟ ਉਹਨੂੰ ਤੁਸੀਂ ਅਰਨ ਬੈਕ ਕਰ ਸਕੋ। ਸੋ ਉਹ ਉਸ ਚੀਜ਼ ਦਾ ਆਈ ਥਿੰਕ ਸਟੂਡੈਂਟਸ ਨੂੰ ਬੈਨੀਫਿਟ ਲੈਣਾ ਚਾਹੀਦਾ। ਵਾਪਸ ਤੁਸੀਂ ਆਉਂਦੇ ਹੋ, ਯੂ ਡੂ ਯੋਰ ਆਲਸ ਐਂਡ ਦੇਰ ਇਜ਼ ਹਾਈ ਚਾਂਸਿਸ ਦੈਟ ਯੂ ਕੈਨ ਗੈਟ ਅ ਵੀਜ਼ਾ। ਅਗਰ ਤੁਹਾਡਾ ਗੈਪ ਵੀ ਸੀਗਾ ਉਸ ਤੋਂ ਬਾਅਦ ਇੱਕ ਤੁਸੀਂ ਸਰਟਨ ਕੁਆਲੀਫਿਕੇਸ਼ਨ ਕੰਪਲੀਟ ਕੀਤੀ ਹੈ, ਤਾਂ ਇੱਕ ਜ਼ਿਆਦਾ ਪੋਜ਼ਿਟਿਵ ਔਰ ਬੋਨਾਫਾਈਡ ਸਟੂਡੈਂਟ ਤੁਸੀਂ ਆਪਣੇ ਆਪ ਨੂੰ ਪ੍ਰੂਵ ਕਰਦੇ ਆ। ਸੋ ਟੈਕਨੀਕਲੀ ਇਹਨੂੰ ਸਮਝੋ, ਮੈਂ ਹਰ ਸਟੂਡੈਂਟ ਨੂੰ ਸਿੰਗਾਪੁਰ ਨਹੀਂ ਪਾਉਣਾ ਚਾਹੁੰਦਾ, ਮੈਂ ਹਰ ਬੱਚੇ ਨੂੰ ਕੋਈ ਮੈਂ ਸਾਈਪ੍ਰਸ ਨਹੀਂ ਗਾਈਡ ਕਰਦਾ ਜਾਂ ਕੁਛ ਵੀ, ਇਟ ਆਲ ਗੋਜ਼ ਬਾਏ ਦਾ ਪ੍ਰੋਫਾਈਲ। ਔਰ ਅਗਰ ਤੁਸੀਂ ਆਪਣੇ ਪ੍ਰੋਫਾਈਲ ਨੂੰ ਨਹੀਂ ਸਮਝਦੇ ਔਰ ਤੁਸੀਂ ਆਪਣੇ ਪ੍ਰੋਫਾਈਲ ਨਾਲ ਧੱਕਾ ਕਰਦੇ ਹਾਂ, ਤਾਂ ਮੋਸਟਲੀ ਆਪਾਂ ਦੇਖਦੇ ਹਾਂ ਬੱਚੇ ਰਿਫਿਊਜ਼ਲ ਲੈਂਦੇ ਨੇ, ਰਿਫਿਊਜ਼ਲਾਂ ਲੈਣ ਤੋਂ ਬਾਅਦ ਫਿਰ ਉਹ ਇੱਥੇ ਬੈਠੇ ਰਹਿੰਦੇ ਨੇ, ਫਿਰ ਉਹ 2 ਨੰਬਰ ਵਾਲੇ ਏਜੰਟ ਫੜਦੇ ਨੇ, ਫਿਰ ਕੋਈ ਉਹਨੂੰ 20 ਲੱਖ ਦੇ ਰਿਹਾ, ਕੋਈ 15 ਲੱਖ ਦੇ ਰਿਹਾ, ਕੋਈ 10 ਲੱਖ ਦੇ ਰਿਹਾ, ਔਰ ਉਹ ਇਲੀਗਲ ਤਰੀਕੇ ਨਾਲ ਦੂਜੀਆਂ ਕੰਟਰੀਆਂ 'ਚ ਵੜਨ ਦੀ ਕੋਸ਼ਿਸ਼ ਕਰਦੇ ਨੇ, ਜਿਨ੍ਹਾਂ 'ਚ ਕਈ ਮਾਵਾਂ ਦੇ ਪੁੱਤ ਆਪਣੀ ਜਾਨ ਵੀ ਕਮਾਉਂਦੇ ਆ। ਸੋ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਥੋੜ੍ਹਾ ਜਿਹਾ ਸਮਾਂ ਆਪਣੇ ਆਪ ਨੂੰ ਦਿਓ, ਘਰਦਿਆਂ ਕੋਲ ਪੈਸੇ ਆ, ਇਹਦਾ ਮਤਲਬ ਆ ਨਹੀਂ ਆਪਾਂ ਲਟਾ ਦੇਣੇ ਆ, ਉਸ ਪੈਸੇ ਦੀ ਆਪਾਂ ਕੀਮਤ ਪਾ ਸਕਦੇ। ਸਿੰਗਾਪੁਰ ਦਾ ਖਰਚਾ ਵੀ ਦੱਸੋ ਕਿੰਨਾ ਕੁ ਲੱਗਦਾ ਹੈ, ਖਰਚਾ ਕਿੰਨਾ ਕੁ ਹੁੰਦਾ ਹੈ, ਤੇ ਪਾਥਵੇ ਕਿੱਡਾ ਕੁ ਆਸਾਨ ਹੈ ਜਾਂ ਔਖਾ ਹੈ? ਦੇਖੋ ਜਿਹੜੀ ਖਰਚੇ ਦੀ ਗੱਲ ਹੈ ਸਿੰਗਾਪੁਰ ਦੀ, ਅਗਰ ਆਪਾਂ 6+6 ਪ੍ਰੋਗਰਾਮ ਐਜੂਟ੍ਰਸਟ ਕਾਲਜਿਸ 'ਚ ਜਾਂਦੇ ਹਾਂ, ਐਜੂਟ੍ਰਸਟ ਕਾਲਜਿਸ ਉਹ ਹੁੰਦੇ ਆ ਜਿਹੜੇ ਇੱਕ ਅੱਛੇ ਟਰਸਟਿਡ ਕਾਲਜ ਹੁੰਦੇ ਆ। ਸੋ ਅਗਰ ਤੁਸੀਂ ਇਹਨਾਂ ਦੇ ਵਿੱਚ ਜਾਂਦੇ ਹਾਂ ਤਾਂ ਅਪਰੋਕਸੀਮੇਟਲੀ ਆਪਾਂ ਨੂੰ ਕੋਈ 3-3.5 ਲੱਖ ਦੇ ਵਿੱਚ ਕੋਸਟ ਰਹਿ ਜਾਂਦੀ ਹੈ, ਕਿਤੇ ਕਿਤੇ 10-20 ਹਜ਼ਾਰ ਵੱਧ ਜਾਂਦੀ ਹੈ। ਇਟ ਆਲ ਡਿਪੈਂਡਸ ਕਿ ਤੁਸੀਂ ਕਿਹੜੇ ਕਾਲਜ 'ਚ ਜਾ ਰਹੇ ਹੋ, ਕਿੱਦਾਂ ਦੇ ਕੋਰਸ 'ਚ ਜਾ ਰਹੇ ਹੋ। ਐਡੂਟ੍ਰਸਟ ਚੰਗੇ ਕਾਲਜ ਹੁੰਦੇ? ਐਡੂਟ੍ਰਸਟ ਜਿਹੜੇ ਅੱਛੇ ਕਾਲਜਿਸ ਹੁੰਦੇ ਆ, ਜਿਨ੍ਹਾਂ ਦੀ ਫੀਸ ਜਿਹੜੀ ਹੈ ਉਹ ਸਿੱਧੀ ਕਾਲਜ ਨਹੀਂ ਜਾਂਦੀ, ਪਹਿਲਾਂ ਇੱਕ ਟਰੱਸਟ 'ਚ ਜਾਂਦੀ ਹੈ। ਅਗਰ ਬੱਚੇ ਨੂੰ ਕੋਈ ਪ੍ਰੋਬਲਮ ਹੋਵੇ, ਅਨਸੈਟਿਸਫਾਈਡ ਹੋਵੇ, ਤਾਂ ਉਹਨੂੰ ਕੰਡੀਸ਼ਨਸ ਦੇ ਉੱਤੇ ਉਹ ਵਾਪਸ ਵੀ ਮਿਲ ਜਾਂਦੀ ਹੈ, ਬਟ ਸਾਰੀ ਨਹੀਂ, ਉਹਦੀਆਂ ਕੰਡੀਸ਼ਨ ਹੁੰਦੀਆਂ। ਅਤੇ ਫਾਇਦਾ ਐਡੂਟ੍ਰਸਟ ਕਾਲਜ ਦਾ ਹੀ ਹੁੰਦਾ? ਹਾਂ, ਅਗਰ 6+6 ਪ੍ਰੋਗਰਾਮ ਨਹੀਂ ਜਾਣਾ ਚਾਹੁੰਦੇ ਤਾਂ ਐਡੂਟ੍ਰਸਟ ਕਾਲਜ 'ਚ ਹੀ ਜਾਣਾ ਚਾਹੀਦਾ। ਪ੍ਰਾਈਵੇਟ ਕਾਲਜਾਂ ਦਾ ਕੋਈ ਪਤਾ ਨਹੀਂ ਹੁੰਦਾ ਕਿਸ ਵੇਲੇ ਬੰਦ ਹੋ ਜਾਣ ਔਰ ਤੁਸੀਂ ਕਿਸੇ ਨੁਕਸਾਨ ਨੂੰ ਸਾਹਮਣਾ ਕਰੋ। ਜਦੋਂ ਸਿੰਗਾਪੁਰ 'ਚ ਪ੍ਰਾਈਵੇਟ ਕਾਲਜ ਅਵਾਇਡ ਕਰਨੇ ਚਾਹੀਦੇ ਹੁੰਦੇ, ਇਹ ਵੀ ਪ੍ਰਾਈਵੇਟ ਨੇ, ਬਟ ਦੇ ਆਰ ਐਡੂਟ੍ਰਸਟ, ਮਤਲਬ ਗਵਰਨਮੈਂਟ ਤੋਂ ਇੱਕ ਸਰਟੀਫਿਕੇਸ਼ਨ ਮਿਲੀ ਹੁੰਦੀ ਹੈ ਕਿ ਇਹ ਲੌਂਗ ਟਾਈਮ ਐਗਜ਼ਿਸਟਿੰਗ ਇੰਸਟੀਟਿਊਟਸ ਹੈ। ਔਰ ਉਸ ਤੋਂ ਬਾਅਦ ਆ ਜਾਂਦੇ ਪਾਥਵੇ, ਪਾਥਵੇਜ਼ ਯੂਨੀਵਰਸਿਟੀਜ਼ ਨੇ, ਜਿੱਦਾਂ JCU ਕਰਟਨ ਜਾਂ ਹੋਰ ਯੂਨੀਵਰਸਿਟੀਜ਼ ਮੈਂ ਦੱਸਿਆ ਸੀ ਤੁਹਾਨੂੰ, ਜਿਨ੍ਹਾਂ ਦੇ ਕੈਂਪਸਿਸ ਉੱਥੇ ਹੈਗੇ ਆ। ਸੋ ਇਹਨਾਂ ਦੇ ਵਿੱਚ ਥੋੜ੍ਹੀ ਐਜੂਕੇਸ਼ਨ ਐਕਸਪੈਂਸਿਵ ਹੈ ਡੈਫੀਨੇਟਲੀ, ਕਿਉਂਕਿ ਡਿਪਲੋਮਾ ਦਾ ਤੁਹਾਡਾ ਜਿਹੜਾ ਤੁਸੀਂ ਕਰਦੇ ਹੋ ਹੋਸਪਿਟੈਲਿਟੀ ਦਾ, ਜਿੱਦਾਂ ਮੈਂ ਦੱਸਿਆ 3-3.5 'ਚ ਸਾਰੇ ਖਰਚੇ ਪੂਰੇ ਹੋ ਜਾਂਦੇ ਆ। ਬਟ ਇੱਥੇ ਇਟ ਸਟੋਰੀ ਇਜ਼ ਡਿਫਰੈਂਟ, ਇੱਥੇ ਤਕਰੀਬਨ ਤੁਹਾਡਾ 8-9 ਲੱਖ ਰੁਪਈਆ, 7-8 ਲੱਖ ਰੁਪਈਆ ਤੱਕ ਫੀਸ ਜਾ ਸਕਦੀ ਹੈ ਯੂਨੀਵਰਸਿਟੀ। ਹਾਂ, ਬਿਕੋਜ਼ ਉਹ ਯੂਨੀਵਰਸਿਟੀ ਹੈ, ਸੋ ਡੈਫੀਨੇਟਲੀ ਇਟਸ ਕੰਪੈਰੇਟਿਵਲੀ ਕਾਲਜਿਸ ਆਲਮੋਸਟ ਡਬਲ ਹੋ ਜਾਂਦੀ ਹੈ। ਬਟ ਉੱਥੋਂ ਪਾਥਵੇ ਦੇ ਰਸਤੇ ਤੁਹਾਡੇ ਲਈ, ਤੁਹਾਨੂੰ ਇੰਡੀਆ ਆਉਣ ਦੀ ਲੋੜ ਨਹੀਂ, ਤੁਸੀਂ ਉੱਥੋਂ ਡਾਇਰੈਕਟ ਕੱਲ੍ਹ ਨੂੰ ਨਿਕਲ ਸਕਦੇ ਹੋ। ਬਟ ਅਗਰ ਤੁਸੀਂ ਉਹਨਾਂ ਨਹੀਂ ਐਕਸਪੈਂਡ ਕਰਨਾ ਚਾਹੁੰਦੇ, ਉਹਨਾਂ ਨੇ ਐਕਸਪੈਂਸ ਕਰਨਾ ਚਾਹੁੰਦੇ, ਤਾਂ ਬੈਸਟ ਵੇ ਇਜ਼ ਟੂ ਗੋ ਦੇਅਰ, ਹੈਵ ਯੂਅਰ ਨਾਈਸ ਐਜੂਕੇਸ਼ਨ, ਆਪਣੇ ਆਪ ਨੂੰ ਇੰਗਲਿਸ਼ ਇਨਵਾਇਰਮੈਂਟ 'ਚ ਰੱਖ ਕੇ ਆਪਣਾ ਬੇਸਿਕ ਕੋਨਸਨਟ੍ਰੇਸ਼ਨ ਦਿਮਾਗ 'ਚੋਂ ਨਾ ਗਵਾਓ, ਕੰਮ ਕੋਈ ਵੀ ਕਰੋ, ਐਜੂਕੇਸ਼ਨ ਕਰੋ, ਐਂਡ ਦੈਨ ਯੂ ਕੈਨ ਗੈਟ ਬੈਕ ਐਂਡ ਦੈਨ ਯੂ ਕੈਨ ਪ੍ਰੋਸੀਡ ਫੋਰ ਕੈਨੇਡਾ ਔਰ ਆਸਟ੍ਰੇਲੀਆ ਇੱਕ ਅੱਛੇ ਪ੍ਰੋਫਾਈਲ ਦੇ ਨਾਲ। ਸੋ ਬਹੁਤ ਸਾਰੀਆਂ ਓਪਰਚੁਨਿਟੀਜ਼ ਤੁਹਾਨੂੰ ਸਿੰਗਾਪੁਰ ਵੀ ਦਿੰਦਾ, ਐਸ ਪਾਸ ਉੱਥੇ ਬੱਚਿਆਂ ਨੂੰ ਮਿਲ ਜਾਂਦੇ ਆ ਜਿਹੜੇ ਬੱਚੇ ਐਡਵਾਂਸ ਡਿਪਲੋਮਾ ਕਰ ਲੈਣ, ਔਰ ਉਸ ਤੋਂ ਬਾਅਦ ਅਗਰ
ਸੋ ਕਿਸੇ ਵੀ ਕੰਟਰੀ ਨੂੰ ਅੰਡਰ ਐਸਟੀਮੇਟ ਨਹੀਂ ਕਰੋ। ਏਸ਼ੀਆ ਦੀ ਸਭ ਤੋਂ ਅਮੀਰ ਕੰਟਰੀਆਂ 'ਚੋਂ ਇੱਕ ਹੈ ਸਿੰਗਾਪੁਰ, ਕਰੰਸੀ ਦਾ ਰੇਟ ਦੇਖੋ ਕੈਨੇਡਾ ਤੋਂ ਮੇਰੇ ਖਿਆਲ 2-3 ਰੁਪਏ ਡੋਲਰ ਘੱਟ ਹੋਏਗਾ। ਸੋ ਕਰੰਸੀ ਵਾਈਜ਼ ਵੀ ਤੁਸੀਂ ਗਿਣੋਗੇ ਤਾਂ ਇਸ ਬੈਸਟ ਪਲੇਸ, ਬਟ ਉਹਦੀ ਯੂਟੀਲਾਈਜੇਸ਼ਨ ਕਰਨੀ ਹੋਣੀ ਚਾਹੀਦੀ ਹੈ। ਅਣਜਾਣ ਦੇ ਹੱਥ ਤਲਵਾਰ ਫੜਾ ਦਾਂਗੇ ਤਾਂ ਉਹਦਾ ਕੋਈ ਫਾਇਦਾ ਨਹੀਂ, ਠੀਕ ਹੈ ਨਹੀਂ, ਔਰ ਖਿਲਾੜੀ ਦੇ ਹੱਥ ਡੰਡਾ ਵੀ ਫੜਾ ਦਿਉ ਅਤੇ ਉਹਨੇ ਉਹਦੇ ਨਾਲ ਵੀ ਬੰਦਾ ਮਾਰ ਦੇਣਾ। ਸੋ ਇਟ ਆਲ ਡਿਪੈਂਡਸ ਕਿ ਤੁਹਾਡੇ ਕੋਲ ਇੰਸਟਰੂਮੈਂਟ ਕੀ ਹੈ, ਬਟ ਉਹ ਇੰਸਟਰੂਮੈਂਟ ਨੂੰ ਤੁਸੀਂ ਕਿੰਨੇ ਅੱਛੇ ਤਰੀਕੇ ਨਾਲ ਯੂਜ਼ ਕਰਦੇ ਹਾਂ। ਸੋ ਅਗਰ ਤੁਸੀਂ ਉਸ ਇੰਸਟਰੂਮੈਂਟ ਨੂੰ ਆਪਣੀ ਕੈਪੇਬਿਲਿਟੀ ਦੇ ਹਿਸਾਬ ਨਾਲ ਆਪਟ ਕਰੋਗੇ, ਦੇਰ ਇਜ਼ ਹਾਇਰ ਚਾਂਸਿਸ ਦੈਟ ਯੂ ਕੈਨ ਗੈਟ ਅ ਬੈਟਰ ਆਊਟਕਮ ਆਫ ਇਟ ਜੀ। ਬਟ ਤੁਸੀਂ ਕੋਈ ਵੀ ਡਿਟੇਲ ਡਿਸਕਸ਼ਨ ਕਰਨਾ ਚਾਹੁੰਦੇ ਹੋ, ਯੂ ਆਰ ਮੋਸਟ ਵੈਲਕਮ ਔਨ ਮਾਈ ਪਲੇ। ਚਲੋ, ਬਹੁਤ ਬਹੁਤ ਧੰਨਵਾਦ ਜੀ। ਮੈਨੂੰ ਲੱਗਦਾ ਸਿੰਗਾਪੁਰ ਨੂੰ ਲੈ ਕੇ ਬਹੁਤ ਸਾਰੇ ਜਿਹੜੀਆਂ ਕਨਫਿਊਜ਼ਨ ਸੀਗੀਆਂ ਉਹ ਵਿਦਿਆਰਥੀਆਂ ਦੀਆਂ ਜ਼ਰੂਰ ਦੂਰ ਹੋਈਆਂ ਹੋਣਗੀਆਂ। 90-238-90-238 ਵਟਸਐਪ ਨੰਬਰ ਹੈ। ਬਿਲਕੁਲ, ਕਿਸੇ ਤਰ੍ਹਾਂ ਦਾ ਵੀ ਡਲਾ ਜੀ ਮੈਂ ਸੁਪਨਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਬਟ ਇੱਕ ਰਸਤਾ ਹੈ ਉਹਨੂੰ ਅਗਰ ਸਮਝਦਾਰੀ ਨਾਲ ਆਪਾਂ ਅਪਲਾਈ ਕਰਾਂਗੇ ਤਾਂ ਆਈ ਥਿੰਕ ਕਿ ਸਿੰਗਾਪੁਰ ਦੇ ਜਿੰਨੇ ਵੀ ਬੱਚੇ ਹੋਰ ਵੀ ਬਹੁਤ ਹੁੰਦੇ ਨੇ ਯੂਟਿਊਬ 'ਤੇ, ਅਗਰ ਉਹਨਾਂ ਦੇ ਵੀ ਤੁਸੀਂ ਰਿਵਿਊਜ਼ ਦੇਖੋਗੇ ਤਾਂ ਦੇ ਕੈਨ ਐਡਵਾਈਜ਼ ਯੂ ਦ ਸੇਮ, ਬਟ ਰੈਸਟ ਇਟਸ ਆਲ ਯੋਰ ਚੋਇਸ। ਚਲੋ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ।